ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਸੋ ਹੋਪ ਤੁਹਾਨੂੰ ਇਹ ਵਲੌਗ ਪਸੰਦ ਆਵੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਅਸੀਂ ਨਿਕਲ ਚੁੱਕੇ ਹਾਂ ਘਰੋਂ ਤੇ ਤੋਂ ਪਹਿਲਾਂ ਤੁਹਾਨੂੰ ਅਸੀਂ ਲੈ ਕੇ ਜਾਵਾਂਗੇ ਦਸੂਏ ਦੇ ਬਹੁਤ ਹੀ ਫੇਮਸ ਗੁਰਦੁਆਰਾ ਸਾਹਿਬ ਨੇ ਗੁਰਦੁਆਰਾ ਗਰਨਾ ਸਾਹਿਬ ਜੀ ਸੋ ਉੱਥੋਂ ਦਾ ਇਤਿਹਾਸ ਇਹ ਹੈ ਕਿ ਉੱਥੇ ਪਾਤਸ਼ਾਹ ਜੀ 6ਵੇਂ ਜੀ ਨੇ ਗਰਨੇ ਦੇ ਬੂਟੇ ਨੂੰ ਹੱਥ ਲਗਾ ਕੇ ਸੁੱਕੇ ਤੋਂ ਹਰਾ ਕਰ ਦਿੱਤਾ ਸੀਗਾ ਅਤੇ ਉਦੋਂ ਤੋਂ ਹੀ ਲੋਕ ਉੱਥੋਂ ਬਹੁਤ ਦੂਰੋਂ ਦੂਰੋਂ ਮਤਲਬ ਤਰ੍ਹਾਂ ਤਰ੍ਹਾਂ ਦੇ ਬੂਟੇ ਚਾੜਦੇ ਨੇ ਤੁਹਾਨੂੰ ਉੱਥੇ ਦਿਖਾਵਾਂਗੇ ਕਿ ਮਤਲਬ ਕੈਕਟਸ ਵਗੈਰਾ ਬਹੁਤ ਇੱਦਾਂ ਦੇ ਅਲੱਗ ਅਲੱਗ ਸੋਹਣੇ ਸੋਹਣੇ ਬੂਟੇ ਨੇ ਜੀ ਅਸੀਂ ਨਿਕਲ ਚੁੱਕੇ ਹਾਂ ਕਰਨਾ ਸਾਹਿਬ ਤੋਂ ਅਤੇ ਹੁਣ ਆਪਾਂ ਹੁਣ ਤੁਹਾਨੂੰ ਦਿਖਾਵਾਂਗੇ ਦਸੂਏ ਦੀ ਇੱਕ ਹੋਰ ਫੇਮਸ ਜਗ੍ਹਾ ਜਿਹਨੂੰ ਕੀ ਕਹਿੰਦੇ ਆ ਤਲਾਅ ਸਾਡੇ ਇੱਥੇ ਨੂੰ ਤਲਾਅ ਕਹਿੰਦੇ ਆ ਬਿਕੋਜ਼ ਉੱਥੇ ਜਿਹੜੇ ਪਾਂਡਵ ਸੀਗੇ ਉਹਨਾਂ ਵਿੱਚੋਂ ਜਿਹੜੇ ਭੀਮ ਪਾਂਡਵ ਸੀਗੇ ਉਹਨਾਂ ਨੇ 2.5 ਟੱਪ ਮਾਰੇ ਸੀਗੇ ਅਤੇ 2.5 ਟੱਪ ਮਾਰ ਕੇ ਉਹਨਾਂ ਨੇ ਉੱਥੋਂ ਪਾਣੀ ਕੱਢਿਆ ਸੀਗਾ ਜਿਸ ਕਰਕੇ ਉਹਦਾ ਨਾਮ ਤਲਾਅ ਪੈ ਗਿਆ ਉਦੋਂ ਤੋਂ ਅਤੇ ਚਲੋ ਫਿਰ ਤੁਹਾਨੂੰ ਦਿਖਾਉਂਦੇ ਹਾਂ ਅੱਜ ਸੋ ਲਓ ਜੀ ਅਸੀਂ ਪਹੁੰਚ ਗਏ ਹਾਂ ਤਲਾਅ ਅਤੇ ਅਸੀਂ ਆਪਣੇ ਹਰ ਵੀਕਐਂਡ ਇੱਦਾਂ ਹੀ ਸਪੈਂਡ ਕਰਦੇ ਹਾਂ ਮਤਲਬ ਜਾਂ ਤਾਂ ਅਸੀਂ ਗਰਨਾ ਸਾਹਿਬ ਚਲ ਜਾਂਦੇ ਹਾਂ
ਜਾਂ ਹੋਰ ਵੀ ਬੜੀਆਂ ਜਗ੍ਹਾਵਾਂ ਆ। ਬਹੁਤ ਜਗ੍ਹਾਵਾਂ ਉੱਥੇ ਘੁੰਮ ਫੇਰ ਆਨੇ ਆ। ਹਾਂਜੀ ਆ ਜਾਓ, ਤੁਹਾਨੂੰ ਤਲਾ ਦਿਖਾਈਏ ਹੁਣ। ਇਸ ਨਾਲ ਅਸੀਂ ਅੱਜ ਦਾ ਵਲੌਗ ਆਪਣਾ ਖਤਮ ਕਰਦੇ ਹਾਂ ਇੱਥੇ ਹੀ। ਅਤੇ ਅੱਗੇ ਤੋਂ ਅੱਗੇ ਮਤਲਬ ਕਿ ਅੱਜ ਆਪਾਂ ਲੇਟ ਹੋ ਗਏ ਥੋੜ੍ਹਾ ਜਿਹਾ, ਮਤਲਬ ਕਿ ਕੋਈ ਪ੍ਰੋਬਲਮ ਸੀ ਘਰ ਇਸ ਕਰਕੇ ਲੇਟ ਹੋ ਗਏ ਆਪਾਂ। ਨਾਲ ਆਪਾਂ ਜੁਆਇਨ ਕੀਤਾ ਆਪਣੇ ਵੀਰ ਨੂੰ, ਰਾਜਵੀਰ ਨੂੰ। ਅਤੇ ਹੁਣ ਅੱਗੇ ਆਪਾਂ ਆਪਣੇ ਨੈਕਸਟ ਵੀਕਐਂਡ 'ਚ ਜੋ ਆਪਾਂ ਐਤਵਾਰ ਨੂੰ ਫਿਰ ਘੁੰਮਣ ਜਾਵਾਂਗੇ, ਫਿਰ ਤੁਹਾਨੂੰ ਸੂਬੇ ਦੀਆਂ ਖਾਣ ਪੀਣ ਵਾਲੀਆਂ, ਬੈਠਣ ਵਾਲੀਆਂ ਐਰਾ ਵਗੈਰਾ ਸਾਰੀਆਂ ਚੀਜ਼ਾਂ ਦਿਖਾਵਾਂਗੇ। ਪਰ ਹੁਣ ਸਾਡਾ ਵੀ ਟਾਈਮ ਨਹੀਂ ਲੱਗਾ ਕਿਉਂਕਿ ਪਹਿਲਾਂ ਟ੍ਰਿਪ 'ਤੇ ਚੱਲ ਗਏ, ਹੁਣ ਇੱਦਾਂ ਘਰ ਵੀ ਟਾਈਮ ਨਹੀਂ ਲੱਗਾ। ਸਬਸਕ੍ਰਾਈਬ ਕਰੋ ਤੇ ਸ਼ੇਅਰ ਜ਼ਰੂਰ ਕਰੋ ਤੇ ਆਪਾਂ ਹੁਣ ਕਿਸੇ ਦਿਨ ਬਣਾਉਂਦੇ ਹਾਂ ਪਲਾਨ ਉਹਦਾ ਵੀ। ਥੈਂਕ ਯੂ ਸੋ ਮਚ, ਟਾਟਾ, ਗੁੱਡ ਨਾਈਟ।